ਕੈਨੇਡਾ ਆਸਟ੍ਰੇਲੀਆ ਇੰਗਲੈਂਡ ਜਾਣ ਵਾਲੇ ਸਾਰੇ ਵੀਰ ਭੈਣ ਭਰਾਵਾਂ ਦਾ ਸਵਾਗਤ ਹੈ ਤੁਸੀਂ ਵਿਦੇਸ਼ ਚ ਜਾ ਕੇ ਆਪਦਾ ਘਰ ਬਸਾਣਾ ਚਾਹੁੰਦੇ ਹੋ ਤੁਸੀਂ ਟੋਰਾਂਟੋ ਵੈਨਕੂਵਰ ਦੇ ਵਿੱਚ ਜਾ ਕੇ ਰਹਿਣਾ ਚਾਹੁੰਦੇ ਹੋ ਤੁਸੀਂ ਸਿਡਨੀ ਮੈਲਬੌਰਨ ਦੀਆਂ ਹਵਾਵਾਂ ਚ ਸਾਹ ਲੈਣਾ ਚਾਹੁੰਦੇ ਹੋ ਤੁਸੀਂ ਇੰਗਲੈਂਡ ਦੀ 크ਿਸਮਸ ਇੰਗਲੈਂਡ ਦਾ ਮੌਸਮ ਇੰਜੋਏ ਕਰਨਾ ਚਾਹੁੰਦੇ ਹੋ ਸਵਾਗਤ ਹੈ ਤੁਹਾਡਾ ਜਿਹੜੇ ਤੁਸੀਂ ਇਹਨੇ ਸੋਹਣੇ ਡ੍ਰੀਮ ਦੇਖਦੇ ਹੋ ਕਹਿੰਦੇ ਸੁਪਨੇ ਉਹਨਾਂ ਦੇ ਸਕਾਰ ਹੁੰਦੇ ਆ ਜਿਹੜੇ ਸੁਪਨੇ ਦੇਖਦੇ ਆ ਮਹਾਰਾਜ ਨੇ ਇੱਕੋ ਜਨਮ ਦਿੱਤਾ ਸਾਨੂੰ ਔਰ ਇਸ ਇੱਕ ਜਨਮ ਦੇ ਵਿੱਚ ਹੀ ਅਸੀਂ ਸਾਰਾ ਕੁਝ ਕਰਨਾ ਹੈ ਜੇ ਕੋਈ ਖੁਆਇਸ਼ ਹੈ ਤੁਹਾਡੀ ਉਹ ਖੁਆਇਸ਼ ਨੂੰ ਇਸੇ ਜਨਮ 'ਚ ਹੀ ਪੂਰਾ ਕਰ ਹੋਣਾ ਹੱਥ ਤੇ ਹੱਥ ਰੱਖ ਕੇ ਬੈਠਣ ਨਾਲ ਕੁਝ ਨਹੀਂ ਹੋਣਾ ਕਹਿੰਦੇ ਜਿਹੜਾ ਸੈਟੀਸਫਾਈਡ ਹੋ ਜਾਂਦਾ ਨਾ ਉਹਦੀ ਗ੍ਰੋਥ ਖਤਮ ਹੋ ਜਾਂਦੀ ਆ ਜਿਸ ਦਿਨ ਤੁਹਾਨੂੰ ਲੱਗਣ ਲੱਗ ਪੁਹਿਰਾ ਕਿ ਹਾਂ ਮੈਂ ਬਹੁਤ ਕੁਝ ਅਚੀਵ ਕਰ ਲਿਆ ਬੜਾ ਸ਼ੁਕਰ ਹੋ ਗਿਆ ਮहारा ਜਦੋਂ ਮੈਂ ਟਿਕ ਕੇ ਬਹਿ ਜਵਾਂ ਉਸ ਦਿਨ ਤੋਂ ਤੁਹਾਡੀ ਜ਼ਿੰਦਗੀ ਦਾ ਗ੍ਰਾਫ ਥੱਲੇ ਡਿੱਗਣਾ ਸ਼ੁਰੂ ਹੋ ਜਾਂਦਾ ਇਹ ਮੇਰੀ ਰਿਕੁਐਸਟ ਹੈ ਸਾਰੇ ਵੀਰ ਭੈਣ ਭਰਾਵਾਂ ਨੂੰ ਜਿਨ੍ਹਾਂ ਦੀ ਉਮਰ 30 35 ਸਾਲ ਹੋ ਚੁੱਕੀ ਆ ਤੁਹਾਡੀ ਉਮਰ 30 ਤੋਂ 35 ਸਾਲ ਆ 40 ਤੱਕ ਵੀ ਹੋ ਸਕਦੇ ਹੋ ਕੀ ਤੁਹਾਡਾ ਕਾਰੋਬਾਰ ਕੀ ਤੁਹਾਡੀ ਤਨਖਾਹ ਕੀ ਤੁਹਾਡੀ ਆਮਦਨੀ ਪਿਛਲੇ ਦੋਆਂ ਸਾਲਾਂ ਚ ਘਟੀ ਆ ਜਾਂ ਵਧੀ ਆ ਇੱਕ ਤਾਂ ਹੁੰਦਾ ਰੀਜ਼ਨ ਕਿ ਚਲੋ ਕੋਰੋਨਾ ਕਰਕੇ ਘਟ ਗਈ ਬਟ ਉਹ ਵੀ ਨਹੀਂ ਘਟਣੀ ਚਾਹੀਦੀ ਕਿਉਂਕਿ ਜਦੋਂ ਅਸੀਂ ਘਰੋਂ ਸਵੇਰੇ ਨਿਕਲਦੇ ਆ ਇੱਕ ਟੀਚਾ ਲੈ ਕੇ ਨਿਕਲਦੇ ਆ ਕਿ ਮਿਹਨਤ ਵੱਲੋਂ ਕਮੀ ਨਹੀਂ ਛੱਡਾਂਗੇ ਜੇ ਤੁਹਾਡੀ ਵੀ ਆਮਦਨੀ ਤੁਹਾਡੀ ਤਨਖਾਹ ਔਰ ਤੁਹਾਡਾ ਕਮਾਈ ਦਾ ਜੇ ਕੋਈ ਸਾਧਨ ਘਟਿਆ ਹੋਇਆ ਤਾਂ ਬਹੁਤ ਚਿੰਤਾ ਦੀ ਤੁਹਾਡੇ ਲਈ ਇਹ ਸਮਾਂ ਸੋਚਣਾ ਪਏਗਾ ਤੁਹਾਨੂੰ ਕੁਝ ਹਾਰਡ ਸਟੈਪ ਲੈਣੇ ਪੈਣਗੇ ਤਾਂ ਜੋ ਆਉਣ ਵਾਲਾ ਸਮਾਂ ਹੋਰ ਜਿਆਦਾ ਮਾੜਾ ਨਾ ਹੋਵੇ ਜੇ ਕੋਈ ਚੀਜ਼ ਥੱਲੇ ਆਂਦੀ ਆ ਸਾਨੂੰ ਸੰਭਲਣਾ ਪੈਂਦਾ ਜੇ ਅੱਜ ਤੁਹਾਡਾ ਕਾਰੋਬਾਰ ਡਾਊਨ ਹੈ ਜੇ ਅੱਜ ਤੁਹਾਡੀ ਤਨਖਾਹ ਕੱਟੀ ਹੈ ਕਿ ਤੁਹਾਡੀ ਆਮਦਨੀ ਦੇ ਸੋਰਸ ਘਟ ਰਹੇ ਨੇ ਇਹ ਬਹੁਤ ਵੱਡਾ అలਰਮ ਹੈ ਤੁਹਾਡੇ ਵਾਸਤੇ ਕਿ ਹੁਣ ਤੁਹਾਨੂੰ ਕੋਈ ਸੰਘਰਸ਼ ਕਰਨਾ ਪਏਗਾ ਘਰੋਂ ਨਿਕਲਣਾ ਪਏਗਾ ਕਿਉਂਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਵੱਡੇ ਬਦਲਾਅ ਹੋ ਰਹੇ ਆ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਚੰਗੇ ਸਕੂਲਾਂ ਦੇ ਵਿੱਚ ਪੜ੍ਹਦੇ ਰਹਿਣ ਤੁਸੀਂ ਚੰਗੀਆਂ ਗੱਡੀਆਂ ਝੂਟਦੇ ਰਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਪੈਸੇ ਕਰਕੇ ਖੇਲਤ ਨਾ ਆਵੇ ਤਾਂ ਉਹਦੇ ਲਈ ਤੁਹਾਨੂੰ ਹਰ ਦਿਨ ਇੱਕ ਨਵਾਂ ਸੰਘਰਸ਼ ਕਰਨਾ ਪੈਣਾ ਜੀ ਹਾਂ ਮੇਰਾ ਨਾਮ ਵਿਨੇ ਹਰੀਆ ਅਸੀਂ ਅਕਸਰ ਬੱਚਿਆਂ ਨੂੰ ਬਾਹਰ ਭੇਜਣ ਦੀ ਗੱਲ ਕਰਦੇ ਆ ਅੱਜ ਸਿਰਫ ਗੱਲ ਹੋਏਗੀ 30 35 40 ਸਾਲ ਵਾਲੇ ਬੰਦਿਆਂ ਦੀ ਤੁਸੀਂ ਇੱਕ ਇਦਾਂ ਦੇ ਵਿਅਕਤੀ ਹੋ ਜਦੀ ਉਮਰ 35 ਸਾਲ ਹੋ ਗਈ ਹੈ ਬਾਹਰ ਜਾਣਾ ਚਾਹੁੰਦਾ ਹੈ ਕੀ ਕਰਨ ਲਈ ਪਹਿਲੀ ਸੀ ਪਹਿਲੀ ਜੀ ਕੰਡੀਸ਼ਨ ਕਿ ਹਾਂ ਬਾਹਰ ਜਾਣਾ ਚਾਹੁੰਦੇ ਕਿਉਂ ਜਾਣਾ ਚਾਹੁੰਦੇ ਆ ਪੈਸੇ ਕਮਾਣ ਫਿਰ ਇਹ ਵੀਡੀਓ ਤੁਹਾਡੇ ਵਾਸਤੇ ਆ ਤੁਸੀਂ ਪੈਸੇ ਕਮਾਣਾ ਚਾਹੁੰਦੇ ਜੇ ਖੁਸ਼ਹਾਲ ਹੋਣਾ ਚਾਹੁੰਦੇ ਜੇ ਖਰਚਾ ਚੜ ਚੁੱਕਾ ਵੈਜਾ ਨਹੀਂ ਦੇ ਹੋ ਰੀਆਂ ਤੁਹਾਡੇ ਕੋਲ ਕਾਰੋਬਾਰ ਬੰਦ ਹੋ ਗਿਆ ਕਰੋਨਾ ਚ ਨਵਾਂ ਖੋਲਣਾ ਪੈਣਾ ਇਹ ਹੀ ਇੱਕ ਜਨਮ ਮਿਲਿਆ ਤੁਹਾਨੂੰ ਇਸੇ ਜਨਮ ਦੇ ਵਿੱਚ ਹੀ ਤੁਸੀਂ ਆਪਣੇ ਸਾਰੇ ਸ਼ੌਂਕ ਪੂਰੇ ਕਰਨੇ ਆ ਇਹ ਹੀ ਇੱਕ ਜਨਮ ਆ ਜਿਹਦੇ ਵਿੱਚ ਤੁਸੀਂ ਆਪਣੀ ਇੱਕ ਪਛਾਣ ਛੱਡ ਸਕਦੇ ਹੋ ਕਿ ਤੁਹਾਨੂੰ ਪਰਮ ਪਿਤਾ ਪਰਮੇਸ਼ਵਰ ਨੇ ਇਸ ਸਵਰਗ ਰੂਪੀ ਦੁਨੀਆ ਦੇ ਵਿੱਚ ਭੇਜਿਆ ਇਹਨੂੰ ਹੀ ਸਵਰਗ ਕਹਾਂਗੇ ਕਿਉਂਕਿ ਇਸ ਸਵਰਗ ਨੂੰ ਛੱਡ ਕੇ ਕੋਈ ਨਹੀਂ ਜਾਣਾ ਚਾਹੁੰਦਾ ਜਿਹੜਾ ਮਰਨ ਤੋਂ ਬਾਅਦ ਸਵਰਗ ਹੁੰਦਾ ਉਹ ਕਦੀ ਕਿਸੇ ਨੇ ਨਹੀਂ ਦੇਖਿਆ ਕੋਈ ਵੀ ਬੰਦਾ ਉਹਦਾ ਵਿਖਿਆਨ ਨਹੀਂ ਕਰ ਸਕਦਾ ਜੇ ਜਿੰਦੇ ਜੀ ਹੀ ਤੁਸੀਂ ਸਵਰਗ ਦੇਖਣਾ ਤਾਂ ਜੇਕਰ ਤੁਸੀਂ ਜਿੰਦੇ ਹੋ ਤਾਂ ਤੁਹਾਡੇ ਲਈ ਇਹ ਸਵਰਗ ਹੈ ਔਰ ਇਸ ਸਵਰਗ ਦੇ ਵਿੱਚ ਜੇ ਅੱਜ ਤੁਸੀਂ ਕੋਈ ਨਰਕ ਵਾਲਾ ਇਨਸੀਡੈਂਟ ਭੋਗ ਰਹੇ ਹੋ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ مایੁਸੀ ਹੈ ਤੁਸੀਂ ਨਿਰਾਸ਼ ਹੋ ਉਹਦੇ ਜ਼ਿੰਮੇਵਾਰ ਤੁਸੀਂ ਖੁਦ ਹੋ ਦੋਸਤੋ ਕਿਉਂਕਿ ਤੁਹਾਨੂੰ ਮਹਾਰਾਜ ਨੇ ਦੋ ਹੱਥ ਦਿੱਤੇ ਆ ਦਿਮਾਗ ਦਿੱਤਾ ਤੁਹਾਨੂੰ ਚੱਲਣ ਲਈ ਪੈਰ ਦਿੱਤੇ ਆ ਦੌੜਨ ਲਈ ਪੈਰ ਦਿੱਤੇ ਆ ਰੋਟੀ ਖਾਣ ਲਈ ਹੱਥ ਦਿੱਤੇ ਆ ਤੇ ਤੁਹਾਨੂੰ ਇਨਾ ਹੱਥਾਂ ਨੂੰ ਚਲਾਉਣਾ ਪਏਗਾ ਤੁਹਾਨੂੰ ਇਸ ਦਿਮਾਗ ਨੂੰ ਚਲਾਉਣਾ ਪਏਗਾ ਤੁਹਾਨੂੰ ਆਪਣੀਆਂ ਲੱਤਾਂ ਬਾਹਾਂ ਨਾਲ ਦੌੜਨਾ ਪਏਗਾ ਜ਼ਿੰਦਗੀ ਇੱਕ ਬਦਲਾਵ ਹੈ ਜ਼ਿੰਦਗੀ ਬਦਲਾਵ ਚਾਹਦੀ ਹੈ ਔਰ ਤੁਹਾਨੂੰ ਵੀ ਬਦਲਾਵ ਕਰਨਾ ਪੈਣਾ ਤੁਹਾਡੀ ਉਮਰ 30 35 40 ਸਾਲ ਹੈ ਜਿਵੇਂ ਤਿੰਨ ਤਰ੍ਹਾਂ ਦੇ ਲੋਕਾਂ ਨੂੰ ਸੱਦਾ ਦੇਵਾਂਗਾ ਸਭ ਤੋਂ ਪਹਿਲਾਂ ਉਹ ਲੋਕ ਜਿਹੜੇ ਡਾਕਟਰੀ ਸਿੱਖਿਆ ਦੇ ਨਾਲ ਜੁੜੇ ਹੋਏ ਨੇ ਜਿਹੜੇ ਹੈਲਥ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਨੇ ਉਹ ਲੋਕ ਜਿਨ੍ਹਾਂ ਦੇ ਕਾਰੋਬਾਰ ਹੈਲਥ ਦੇ ਨਾਲ ਰਿਲੇਟਡ ਨੇ ਤੁਸੀਂ ਇੱਕ ਨਰਸ ਹੋ ਜੀ ਐਨ ਐਮ ਏ ਐਨ ਐਮ ਕੀਤੀ ਆ ਤੁਸੀਂ ਕਿਸੇ ਹਸਪਤਾਲ 'ਚ ਨੌਕਰੀ ਕਰਦੇ ਹੋ ਕਿਸੇ ਡਾਕਟਰ ਦੇ ਕਲੀਨਿਕ ਦੇ ਵਿੱਚ ਕੰਮ ਕਰਦੇ ਹੋ ਜਾਂ ਕੋਈ ਡਾਕਟਰ ਕੋ ਕਿਸੇ ਲੈਬਾਰਟਰੀ 'ਚ ਕੰਮ ਕਰਦੇ ਹੋ ਕਿਸੇ ਵੀ ਤਰ੍ਹਾਂ ਦੇ ਡਾਕਟਰੀ ਕਿੱਤੇ ਦੇ ਨਾਲ ਜੁੜੇ ਹੋ ਯੂ ਆਰ ਮੋਸਟ ਵੈਲਕਮ ਤੁਹਾਨੂੰ ਕੈਨੇਡਾ ਭੇਜਣ ਜਾ ਰਹੇ ਆ ਉਹ ਵੀ ਬਿਨਾਂ ਰੈਲਸ ਦੇ ਤੁਸੀਂ ਕੈਨੇਡਾ ਦੇ ਵਿੱਚ ਪੜਨ ਲਈ ਜਾਓਗੇ ਸਾਨੂੰ ਆਇਲ ਨਹੀਂ ਚਾਹੀਦੀ ਜੇਕਰ ਤੁਸੀਂ ਡਾਕਟਰੀ ਕਿੱਤੇ ਦੇ ਨਾਲ ਜੁੜੇ ਹੋ ਅਗਲੇ 15 20 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਅਪਲਾਈ ਕਰਾ ਕੇ ਦੇਾਂਗੇ 2 ਮਹੀਨੇ 'ਚ ਤੁਸੀਂ ਜਾ ਸਕਦੇ ਜੇ ਦੂਸਰੇ ਉਹ ਲੋਕ ਜਿਹੜੇ ਕੀ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਲੈਂਦੇ ਹਾਂ ਪ੍ਰਮਾਤਮਾ ਤੋਂ ਬਾਅਦ ਉਸ ਅੱਲਾ ਅਕਬਰ ਰਾਮ ਸ਼੍ਰੀ ਵਾਹਿਗੁਰੂ ਜੀ ਤੋਂ ਬਾਅਦ ਜੇ ਕਿਸੇ ਨੂੰ ਅਸੀਂ ਕੋਈ ਦਰਜਾ ਦਿੰਨੇ ਆ ਤੇ ਉਹ ਦਰਜਾ ਅਸੀਂ ਦਿੰਨੇ ਆ ਰੱਬ ਰੂਪੀ ਸਾਡੇ ਅਧਿਆਪਕ ਸਾਡੇ ਟੀਚਰਸ ਜਿਨ੍ਹਾਂ ਕੋਲੋਂ ਅਸੀਂ ਕੁਝ ਸਿੱਖਦੇ ਆ ਜੇਕਰ ਤੁਸੀਂ ਐਜੂਕੇਸ਼ਨ ਦੇ ਕਿਸੇ ਕਿਤੇ ਨਾਲ ਜੁੜੇ ਹੋ ਤੁਸੀਂ ਇੱਕ ਟੀਚਰ ਹੋ ਤੁਸੀਂ ਐਮਏ ਬੀਐਡ ਕੀਤੀ ਆ ਬੱਚਿਆਂ ਨੂੰ ਪੜ੍ਹਾਉਂਦੇ ਜੇ ਕੋਚਿੰਗ ਸੈਂਟਰ ਚਲਾਉਂਦੇ ਹੋ ਯੂ ਆਰ ਅਗੇਨ ਮੋਸਟ ਵੈਲਕਮ ਤੁਹਾਨੂੰ ਵੀ ਕੈਨੇਡਾ ਭੇਜਣ ਦੀ ਕੋਸ਼ਿਸ਼ ਕਰ ਰਹੇ ਆ ਉਹ ਵੀ ਬਿਨਾਂ ਐਲਸ ਦੇ ਤੀਸਰੀ ਕੈਟਾਗਰੀ ਉਹ ਮੇਰੇ ਵੀਰ ਭੈਣ ਭਰਾ ਜਿਹੜੇ ਕਿਸੇ ਤਰ੍ਹਾਂ ਦੀ ਕੋਈ ਇੰਜੀਨੀਅਰਿੰਗ ਕਰ ਹਟੇ ਨੇ ਇੰਜੀਨੀਅਰ ਹੋ ਤੁਸੀਂ ਕਾਦੇ ਇੰਜੀਨੀਅਰ ਹੋ ਕੁਆਟਰ ਸਪਲਾਈ ਦੇ ਇੰਜੀਨੀਅਰ ਹੋ ਤੁਸੀਂ ਕੋ ਸਿਵਲ ਇੰਜੀਨੀਅਰ ਹੋ ਕੁ ਆਰਕੀਟੈਕਟ ਦਾ ਕੰਮ ਕਰਦੇ ਜੇ ਕੰਪਿਊਟਰ ਇੰਜੀਨੀਅਰ ਹੋ ਮਕੈਨਿਕਲ ਇੰਜੀਨੀਅਰ ਹੋ ਇਲੈਕਟ੍ਰੀਕਲ ਇੰਜੀਨੀਅਰ ਹੋ ਜਾਂ ਗੱਡੀਆਂ ਦੇ ਆਟੋਮੋਬਾਈਲ ਇੰਜੀਨੀਅਰ ਹੋ ਤੁਸੀਂ ਮੈਡੀਕਲ ਡਿਵਾਈਸਸ ਦੇ ਇੰਜੀਨੀਅਰ ਹੋ ਕਿਸੇ ਵੀ ਤਰ੍ਹਾਂ ਦੀ ਇੰਜੀਨੀਅਰਿੰਗ ਦੇ ਨਾਲ ਰਿਲੇਟਡ ਤੁਸੀਂ ਪੜ੍ਹਾਈ ਕੀਤੀ ਹੋਈ ਹੈ ਤੁਹਾਨੂੰ ਵੀ ਕੈਨੇਡਾ ਵੱਲੋਂ ਖੁੱਲਾ ਸੱਦਾ ਵੈ ਤੁਹਾਨੂੰ ਕੈਨੇਡਾ ਦਿਖਾਵਾਂਗੇ 2.5 ਮਹੀਨਿਆਂ ਦੇ ਵਿੱਚ ਵੀਜ਼ਾ ਲੈ ਕੇ ਦੇਵਾਂਗੇ ਆਈਲਸ ਦੀ ਲੋਟ ਨਹੀਂ ਹੈਗੀ ਤੁਹਾਡੀ ਉਮਰ 30 35 40 ਸਾਲ ਹੋ ਚੁੱਕੀ ਹੈ ਨਾ ਤੁਹਾਡੇ ਕੋਲੋਂ 760 ਲੈ ਹੋਣੇ ਆ ਨਾ ਤੁਹਾਡੇ ਕੋਲ ਲੰਬੇ-ਚੋੜੇ ਰੁਪਈਏ ਹੋਣੇ ਆ ਤੁਹਾਨੂੰ ਥੋੜੇ ਪੈਸਿਆਂ ਨਾਲ ਭੇਜਾਂਗੇ 2 ਮਹੀਨਿਆਂ ਦੇ ਵਿੱਚ ਭੇਜ ਦਾਂਗੇ ਕਈ ਤਰ੍ਹਾਂ ਦੇ ਕਾਲਜ ਕਈ ਤਰ੍ਹਾਂ ਦੀਆਂ ਯੂਨੀਵਰਸਿਟੀਆਂ ਇਹ ਤਿੰਨ ਤਰ੍ਹਾਂ ਦੀਆਂ categories ਇਹ ਤਿੰਨ ਤਰ੍ਹਾਂ ਦੇ ਲੋਕਾਂ ਦਾ ਸਵਾਗਤ ਕੀਤਾ ਜਾ ਰਿਹਾ ਜੇਕਰ ਤੁਸੀਂ ਡਾਕਟਰੀ ਕਿਸਤੇ ਦੇ ਨਾਲ ਰਿਲੇਟਡ ਕੋਈ ਕੰਮ ਕਰਦੇ ਹੋ ਤੁਸੀਂ ਨਰਸ ਹੈਗੇ ਹੋ ਜਾਂ ਤੁਸੀਂ ਇੱਕ ਅਧਿਆਪਕ ਹੋ ਜਾਂ ਤੁਸੀਂ ਇੱਕ ਇੰਜੀਨੀਅਰ ਹੋ ਇਹ ਤਿੰਨੇ ਤਰ੍ਹਾਂ ਦੀ category ਦੀ ਬਹੁਤ ਜ਼ਿਆਦਾ ਲੋੜ ਹੈ ਇਸ ਟਾਈਮ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਔਰ ਇੰਗਲੈਂਡ ਦੇ ਵਿੱਚ ਤੁਸੀਂ ਇੰਗਲੈਂਡ ਦੇ ਵਿੱਚ ਜਾਣਾ ਚਾਹੁੰਦੇ ਹੋ ਕੰਮ ਕਰਨ ਵਾਸਤੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਪੜਨ ਲਈ ਜਾਣਾ ਚਾਹੁੰਦੇ ਹੋ ਤੁਸੀਂ ਕੈਨੇਡਾ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਬਾਹਰਲੇ ਮੁਲਕਾਂ 'ਚ ਜਾ ਕੇ ਆਪ ਦਾ ਫਿਊਚਰ ਬਣਾਉਣਾ ਚਾਹੁੰਦੇ ਹੋ ਆਪਣੇ ਬੱਚਿਆਂ ਦੀ ਚੰਗੀ ਸਿੱਖਿਆ ਵਾਸਤੇ ਬਾਹਰ ਜਾਣਾ ਚਾਹੁੰਦੇ ਹੋ ਜਿਹੜੇ ਤੁਹਾਡੇ ਸ਼ੌਂਕ ਰਹਿ ਗਏ ਹਜੇ ਤੱਕ ਦੇ ਉਹ ਸ਼ੌਂਕ ਪੂਰਾ ਕਰਨਾ ਚਾਹੁੰਦੇ ਜੇ ਜਰੂਰ ਸੰਪਰਕ ਕਰਿਓ ਮੇਰੇ ਨਾਲ ਮੇਰਾ ਕਾਰੋਬਾਰ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਦਾ ਵੱਧ ਤੋਂ ਵੱਧ ਲੋਕਾਂ ਨੂੰ ਭੇਜਣ ਦੀ ਕੋਸ਼ਿਸ਼ ਕਰਦੇ ਪਿਆ ਜਰੂਰ ਸੰਪਰਕ ਕਰਿਓ ਸਾਡੇ ਨਾਲ ਮੈਨੂੰ ਮਿਲੋ ਆ ਕੇ ਪਰਸਨਲੀ ਸਮੱਸਿਆ ਦੱਸੋ ਅੱਜ 3 ਕੈਟਾਗਰੀਆਂ ਅਨਾਉਂਸ ਕੀਤੀਆਂ ਆ ਇਹ 3 ਕੈਟਾਗਰੀਆਂ ਦੇ ਲੋਕ ਤਿੰਨ ਵੱਖਰੇ ਵੱਖਰੇ ਮੁਲਕਾਂ 'ਚ ਭੇਜਣ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਕੈਨੇਡਾ ਜਾ ਸਕਦੇ ਜੇ ਤੁਸੀਂ ਆਸਟ੍ਰੇਲੀਆ ਜਾ ਤੁਸੀਂ ਇੰਗਲੈਂਡ ਦੇ ਵਿੱਚ ਕੰਮ ਕਰਨ ਲਈ ਜਾ ਸਕਦੇ ਹੋ ਕਾਲ ਕਰੋ ਸਾਨੂੰ ਮਿਲੋ ਮੈਨੂੰ ਪਰਸਨਲੀ ਆ ਕੇ ਸਾਨੂੰ ਈਮੇਲ ਤੇ ਤੁਸੀਂ ਆਪ ਦਾ ਸੀਵੀ ਸੈਂਡ ਕਰ ਦਿਓ ਤੁਹਾਡੇ ਸੁਪਨਿਆਂ ਨੂੰ ਸਕਾਰ ਕਰਨ ਦੀ ਮੈਂ ਕੋਸ਼ਿਸ਼ ਕਰਾਂਗਾ ਸ਼ੁਕਰ ਕਰੀਏ ਆਪਣੇ ਗੁਰੂ ਮਹਾਰਾਜ ਦਾ ਪਰਮ ਪਿਤਾ ਪਰਮੇਸ਼ਵਰ ਅੱਲਾ ਜੀ ਦਾ ਰਾਮ ਜੀ ਦਾ ਵਾਹਿਗੁਰੂ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਜੀਵਨ ਦਿੱਤਾ ਵਾ ਔਰ ਇਸ ਸਵਰਗ ਰੂਪੀ ਜੀਵਨ ਦੇ ਵਿੱਚ ਜਿਹੜੀਆਂ ਚੀਜ਼ਾਂ ਕਰਨ ਵਾਲੀਆਂ ਰਹਿ ਗਈਆਂ ਉਹ ਇਸੇ ਜਨਮ ਚੀਖ ਕਰ ਹੋਣੀ ਹੈ ਆਓ ਆ ਕੇ ਮਿਲੋ ਸਾਨੂੰ ਪਰ ਆਪਣੇ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ करिए ਧੰਨਵਾਦ